ਉਹ ਪੁੱਛ ਰਹੇ ਸੀ ਤੁਸੀਂ ਰਿਸ਼ਤਾ ਲੈ ਕੇ ਗਏ ਸੋ ਜੀ ਰਿਸ਼ਤਾ ਲੈ ਤੇ ਅਸੀਂ ਗਏ ਸੀ ਕਰਾਚੀ ਚਾਚੇ ਦੇ ਘਰ ਜ਼ਹੀਰ ਦੇ ਚਾਚੇ ਕੇ ਘਰ ਜਾਣਾ ਸੀ ਉਹਨਾਂ ਕੇ ਘਰ ਬੱਚੀ ਨੇ ਰਾਸਤੇ ਮੇਂ ਉਹਨਾਂ ਕੇ ਮਨਾ ਕਰਤਾ ਮੇਰੀ ਵਾਲਦਾ ਨੇ ਮਨਾ ਕੀਤਾ ਹੈ ਪਾਪਾ ਨੇ ਮਨਾ ਕੀਤਾ ਰਿਸ਼ਤਾ ਲੈਣੇ ਹਮਾਰੇ ਘਰ ਨਹੀਂ ਆ ਠੀਕ ਹੈ ਹਮ ਲੋਕ ਨਹੀਂ ਗਏ ਹਮ ਲੋਕ ਰਾਸਤੇ ਮੇਂ ਆਧਾ ਸਫ਼ਰ ਕਰ ਰਹੇ ਬੱਚਾ ਨੇ ਕਿਹਾ ਹੈ ਵੀ ਹਮ ਲੋਕ ਰਹਿ ਜਾਤੇ ਹਮਾਰੇ ਕਜ਼ਨ ਹੈ ਆਪ ਮਨਾ ਲਓ ਅਗਰ ਮਾਨ ਜਾਏਗੇ ਤਾਂ ਹਮ ਆ ਜਾਏਗੇ ਖੁਸ਼ੀ ਸੇ ਨਹੀਂ ਮਾਨੇਗੇ ਤਾਂ ਹਮ ਵਾਪਸ ਆ ਜਾਏਗੇ ਉਹ ਨਹੀਂ ਮਾਨੇ ਹਮ ਵਾਪਸ ਆ ਗਏ ਯੇ ਰਿਸ਼ਤਾ ਲੈ ਕੇ ਗਏ ਥੇ ਜੀ ਯੇ ਰਿਸ਼ਤਾ ਲੈ ਕੇ ਗਏ ਥੇ ਯੇ ਬਾਰਹਾ ਮਾਨ ਚੁੱਕੇ ਹੈ ਵਹਾਂ ਪੇ ਦੁਆ ਨੇ ਬੋਲਾ ਥਾ ਪਾ ਜਾਏ ਮੇਰੇ ਘਰ ਬਾਤ ਕਰੇ ਤਭੀ ਦੁਆ ਕੋ ਉਹਨੇ ਮਾਰਾ ਵੀ ਥਾ ਯੇ ਚੀਜ਼ ਦੁਆ ਖੁਦ ਵੀ ਕਰ ਚੁੱਕੀ ਹੈ ਲੇਕਿਨ ਇਨਕੋ ਘਰ ਮੇ ਆਨੇ ਨਹੀਂ ਦਿਆ ਯੇ ਤਿੰਨ ਚਾਰ ਦਿਨ ਵਹਾਂ ਪੇ ਰੁਕੇ ਵੀ ਯੇ ਤਿੰਨ ਚਾਰ ਦਿਨ ਰੁਕੇ ਵੀ ਫਿਰ ਯੇ ਵਾਪਸ ਆ ਗਏ ਜੀ ਸਰ ਦੁਆ ਖੁਦ ਹੀ ਵਾਪਸ ਪਿੱਛੇ ਆ ਜਬ ਸੇ ਯੇ ਪੈਸੇ ਯੇ ਕੇਸ ਚੱਲ ਰਹਾ ਹੈ ਆਪ ਲੋਗੋ ਕੋ ਯਾਨੀ ਕਿ ਆਪਕੇ ਜੋ ਇਹ ਲੋਕ ਬੈਠੇ ਹੋ ਜਿਨਕਾ ਕੇਸ ਚੱਲ ਰਹੇ ਹੈ ਆਪ ਲੋਗੋ ਕੋ ਕਹਾ ਗਿਆ ਕਿ ਆਪ ਮਾਫੀ ਹੈ ਅਗਰ ਤਮਾਮ ਚੀਜ਼ੇ ਦੇਖੀ ਜਾਏ ਆਪ ਲੋਗ ਛੁੱਟੇ ਰਹੇ ਪੁਲਿਸ ਵੀ ਆਪ ਕੋ ਤਲਾਸ਼ ਕਰਤੀ ਰਹੀ ਉਸ ਕੇ ਬਾਵਜੂਦ ਆਪ ਲੋਗ ਮਿਲੇ ਨਹੀਂ ਅਬ ਆਪ ਇਸ ਪਲੇਟਫਾਰਮ ਕੋ ਯੂਜ਼ ਕਰ ਰਹੇ ਹੈ ਆਪਨੇ ਮੀਡੀਆ ਤੱਕ ਕੋ ਨਹੀਂ ਐਕਸੈਸ ਦੀ ਉਸ ਦੌਰਾਨ ਜੀ ਜਬ ਐਫ ਆਈ ਆਰ ਹੋ ਜਾਏ ਜੋ ਜ਼ਹੀਰ ਹੈ ਵੋ 20-21 ਸਾਲ ਕਾ ਹੈ जो ज़हीर का भाई शबीर है वो मेरा ख्याल है 24-25 साल का होगा सफ़ेद अनपढ़ ये हैं दर्जा चार में ये पंजाब यूनिवर्सिटी में मुलाजम है खामद इनका नहीं है ये एक फितरी सी चीज़ है ये नहीं कोई भी और होता यहाँ पे बड़े बड़े लोग हैं जनाब जो दवाई लेने गए हुए हैं वापस नहीं आए मुकदमों की वजह से जो FIR या मुकदमात होते हैं इनका बहुत बड़ा असर होता है और ये लोग भागते हैं लोग तो मुल्क छोड़ जाते हैं भाईजान ये एक फितरी अमल है।